ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮੋਦੀ ਸਰਕਾਰ ਦਾ ਇੱਕ ਵੱਡਾ ਤੋਹਫਾ ਹਾੜੀ ਦੀਆਂ ਫਸਲਾਂ ਦੇ ਉੱਤੇ ਜਿਹੜੀ ਐਮ ਐਸ ਪੀ ਸੀ ਉਸ ਦੇ ਵਿੱਚ ਵਾਧਾ ਇਹ ਵਾਅਦਾ ਛੜ ਕੇ ਕੀਤਾ ਗਿਆ ਜਦੋਂ ਕਿ ਪਿਛਲੇ ਵਾਰ ਇਹ ਵਾਅਦਾ 13 ਸਤੰਬਰ ਨੂੰ ਕਰ ਦਿੱਤਾ ਗਿਆ ਸੀ ਇਸ ਵਾਰ ਇੱਕ ਮਹੀਨਾ ਤੇ ਕੁਝ ਦਿਨ ਉੱਪਰ ਹੋ ਚੁੱਕੇ ਨੇ 5 ਦਿਨ ਉੱਪਰ ਹੋ ਚੁੱਕੇ ਕਿ ਸਾਡੀਆਂ ਜਿਹੜੀਆਂ ਰਾਜਸੀ ਪਾਰਟੀਆਂ ਨੇ ਜੇ ਤਾਂ ਕੇਂਦਰ ਦੇ ਨਾਲ ਇਹਨਾਂ ਦੀ ਭਾਈਵਾਲੀ ਹੋਵੇ ਫਿਰ ਤਾਂ ਜੀ ਕਮਾਲ ਇਹ ਕਰਤਾ ਇਹ ਤਾਂ ਮੋਦੀ ਜੀ ਨੇ ਬਹੁਤ ਇਸ ਤਰ੍ਹਾਂ ਦਾ ਭਾਅ ਵਧਿਆ ਨਹੀਂ ਭਾਅ ਵਧਿਆ 10 ਰੁਪਏ ਉੱਥੇ ਹੀ ਪੀਐਮ ਮੋਦੀ ਤੇ ਆਤਮਕਾਤੀ ਹਮਲੇ ਦੀ ਸਾਜ਼ਿਸ਼ ਦਾ ਖਦਸ਼ਾ ਜਤਾਇਆ ਚਾਰਿਆ ਕੂਫੀਆ ਏਜੰਸੀ ਨੇ ਅਲਰਟ ਵੀ ਜਾਰੀ ਕੀਤਾ ਇਹ ਕੋ ਪਹਿਲੀ ਵਾਰ ਨੂੰ 15 ਅਗਸਤ ਹੋਵੇ 26 ਜਨਵਰੀ ਹੋਵੇ ਜਾਂ ਦਵਾਦੀ ਤੁਸੀਂ ਕਦੇ ਵੀ ਖਰੋ ਕਿਸੇ ਡੀਸੀ ਦੇ ਜਿਹੜੇ ਪ੍ਰੈਸ ਨੋਟ ਨੇ ਇਹ ਪੰਜ ਸੱਤ ਪ੍ਰੈਸ ਨੋਟ ਪੱਕੇ ਨੇ ਜਿਹੜੇ ਅਵਾਈ ਜਹਾਜ਼ਾਂ ਦੇ ਕੋਲ ਪਤੰਗ ਡਾਉਣੇ ਮਨਾਂ ਹਨ ਜਦੋਂ ਆ ਬਸੰਤ ਆਉਂਦਾ ਪ੍ਰਧਾਨ ਮੰਤਰੀ ਸਾਰੇ ਮੁਲਕ ਦੇ ਨੇ ਉਹ ਸਾਡੇ ਸਾਰਿਆਂ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਸੁਰੱਖਿਆ ਰਾਸ਼ਟਰਪਤੀ ਸਾਹਿਬ ਤੇ ਹੋਰਾਂ ਦੀ ਆਮ ਲੋਕਾਂ ਦੀ ਵੀ ਸੁਰੱਖਿਆ ਲਈ ਇਹਨਾਂ ਸਰਕਾਰਾਂ ਨੂੰ ਪਾਵੰਦ ਰਹਿਣ ਦੀ ਜ਼ਰੂਰਤ ਹੈ ਚੰਡੀਗੜ੍ਹ ਦੇ ਵਿੱਚ ਮਹਿਲਾ ਵਕੀਲ ਦੇ ਘਰ ਐਨਐਹਡੀ ਰੇਡ ਦਾ ਜਿਹੜਾ ਵਿਰੋਧ ਕੀਤਾ ਗਿਆ ਵਕੀਲਾਂ ਨੇ ਆਪਣਾ ਕੰਮ ਖਾਚਪੰਦ ਰੱਖਿਆ ਕਿ ਕਿਸੇ ਵੀ ਵਿਅਕਤੀ ਦਾ ਕਿਸੇ ਵਕੀਲ ਨੂੰ ਕਿਹਨੂੰ ਕਰਨਾ ਹੈ ਕਿਹਨੂੰ ਨਹੀਂ ਕਰਨਾ ਉਹਦਾ ਨਿੱਜਤਾ ਦਾ ਅਧਿਕਾਰ ਹੈ ਇਦੇ ਵਿੱਚ ਮੇਰਾ ਕੰਮ ਕਿਸੇ ਕਿਸਮ ਦੀ ਕੋਈ ਨਹੀਂ ਹੋਣੀ ਚਾਹੀਦੀ ਜੇ ਵਕੀਲ ਦਾ ਕੰਮ ਹੀ ਕੇਸ ਲੜਨਾ ਹੈ ਇਹ ਐਨਆਈਏ ਵਾਲੇ ਦੱਸਣਗੇ ਵੀ ਕਿਹਦਾ ਕੇਸ ਤੁਸੀਂ ਲੜਨਾ ਕਿਹਦਾ ਨਹੀਂ ਲੜਨਾ ਸਸਤਾ ਪੈਟਰੋਲ ਤੇ ਡੀਜ਼ਲ ਦੇ ਇਨਕਾਰ ਨਾਲ ਤੇਲ ਕੰਪਨੀ ਨੂੰ 56000 ਕਰੋੜ ਦਾ ਜਿਹੜਾ ਨੁਕਸਾਨ ਪਤਾ ਨਹੀਂ ਇਹ ਸਸਤਾ ਕਿੱਥੋਂ ਹੋਇਆ ਜਾ ਮਹਿੰਗਾ ਕਿਵੇਂ ਹੋ ਗਿਆ ਪ੍ਰਧਾਨ ਮੰਤਰੀ ਸਾਹਿਬ 2014 ਤੋਂ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਇੱਕ ਦੇਸ਼ ਇੱਕ ਟੈਕਸ ਤੇ ਪੇਰੇ પેટ્રોલ ડીਜ਼ਲ ਗੈਸਾਂ ਇਹ GST ਚੋਂ ਬਾਹਰ ਕਿਵੇਂ ਨੇ ਸਿੱਧੂ ਮੂਸੇਵਾਲਾ ਕਤਲकांड ਦੀ ਗੱਲ ਕਿਤੇ ਜਾਵੇ ਤਾਂ ਆਏ ਦਿਨ ਉਸ ਮਾਮਲੇ ਵਿੱਚ ਵੱਡੇ ਤੋਂ ਵੱਡੇ ਖਲਾਸੇ ਜਿਹੜੇ ਸਾਹਮਣੇ ਨੇ ਹਾਲੇ ਦੇ ਵਿੱਚ ਗੈਂਗਸਟਰ ਮੀਤਾਂ ਨੇ ਵੀ ਕੁਝ ਖਲਾਸੇ ਕੀਤੇ ਇਹਦੇ ਬਾਰੇ ਚਰਚੇ ਦੋ ਤਿੰਨ ਦਿਨ ਪਹਿਲਾਂ ਹੀ ਸ਼ੁਰੂ ਹੋ ਗਏ ਸੀ ਕਿ ਉਹਨੇ ਪੁਲਿਸ ਕਸਟਡੀ ਦੇ ਵਿੱਚ ਪੁਲਿਸ ਆ ਰਸਤੇ ਦੇ ਵਿੱਚ ਆ ਕੁਝ ਕਿਹਾ ਲੁਧਿਆਣੇ ਦੇ ਸੀਆਈਏ ਸਟਾਫ ਦੋ ਉਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹਦੇ ਕੋਲ ਦੋ ਵਰਦੀਆਂ ਮਿਲੀਆਂ ਨੇ ਪੁਲਿਸ ਵਾਲੀਆਂ ਇਹ ਦੋ ਤਿੰਨ ਵਾਰੀ ਸਿੱਧੂ ਮੂਸੇ ਵਾਲੇ ਦੇ ਘਰ ਗਿਆ ਸੁਰੱਖਿਆ ਕਰਮਚਾਰੀ ਜ਼ਿਆਦਾ ਦੇਖ ਕੇ ਇਹਦਾ ਹੀਆ ਨਹੀਂ ਪਿਆ ਇਹ ਵਾਪਸ ਆ ਗਿਆ ਰੈਕੀ ਕਰਨ ਵਾਲਿਆਂ ਦੇ ਵਿੱਚ ਵੀ ਸ਼ਾਮਲ ਸੀ ਕੱਲ ਕਿਤੇ ਜਾਵੇ ਹਿਮਾਚਲ ਦੇ ਤਾਂ ਉੱਥੇ ਵੀ ਦਵਾਈਆਂ ਦੇ ਸੈਂਪਲ ਫੇਲ ਹੋਏ ਨੇ ਵਾਰ-ਵਾਰ ਅਜਿਹਾ ਹੋਣ ਤੇ ਸਖਤ ਕਾਰਵਾਈ ਕਰਨ ਦੀ ਗੱਲ ਵੀ ਜੜੀ ਕਹੀ ਜਾ ਰਹੀ ਹਿਮਾਚਲ ਦੇ ਵਿੱਚ ਵੱਖ-ਵੱਖ ਦਵਾਈਆਂ ਦੇ ਨਮੂਨੇ ਫੇਲ ਹੋਏ ਨੇ 59 ਕੱਲੇ ਹੋਏ ਨੇ ਉਹ ਜੋ 20 ਕੱਲੇ ਆ ਗਾਂਬਿਆ ਵਰਗਾ ਛੋਟਾ ਜਿਹਾ ਮੁਲਕ ਜਿਹੜੇ ਹਰਿਆਣਾ ਵਿੱਚ ਬੰਨ੍ਹਣ ਵਾਲੀਆਂ ਸਾਡੀਆਂ ਸੰਗਤੀਆਂ ਦਵਾਈਆਂ ਦੇ ਵਿੱਚ ਭਾਰਤ ਦਾ ਨਕਸ਼ ਨੀਵਾ ਕਰਤਾ ਇੰਦਰ ਦੇ ਸਿਹਤ ਮੰਤਰਾਲੇ ਦੀ ਕੋਈ ਨਾ ਕੋਈ ਕਾਲੀ ਪੇੜ ਉਹਦੇ ਵਿੱਚ ਸ਼ਾਮਲ ਹੈ ਜਿਹੜੇ ਦੀ ਬਿਲੀ ਭੁਖ ਦੇ ਨਾਲ ਸਾਰਾ ਕੁਝ ਹੋ ਰਿਹਾ ਸੀ ਸਤਿ ਸ਼੍ਰੀ ਅਕਾਲ ਮੈਰੀਨਾ ਤੇ ਮਾਨ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰਾਂ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਰਾਜਨੀਤਿਕ ਮੁੱਦੇ ਧਾਰਮਿਕ ਮੁੱਦੇ ਤੇ ਹੋਰ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਾਂਗੇ ਸੋ ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡਾ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਜੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰ ਲੈਣਾ ਢਿੱਲੋਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਰੀਨਾ ਜੀ ਜੀ ਟੈਲੋ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਵੱਡੀ ਖਬਰ ਦੇ ਨਾਲ ਦਿਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮੋਦੀ ਸਰਕਾਰ ਦਾ ਇੱਕ ਵੱਡਾ ਤੋਹਫਾ ਹੜੀ ਦੀਆਂ ਫਸਲਾਂ ਦੇ ਉੱਤੇ ਜਿਹੜੀ ਐਮਐਸਪੀਸੀ ਉਸ ਦੇ ਵਿੱਚ ਵਾਅਦਾ ਕੀਤਾ ਹੈ ਇਹ ਜਿਹੜਾ ਅੰਗਰੇਜ਼ੀ ਦਾ ਇੱਕ ਸ਼ਬਦ ਮਿਨੀਮਮ ਸਪੋਰਟਸ ਪ੍ਰਾਈਸ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਕਿ ਘੱਟੋ ਘੱਟ ਸਮਰਥਨ ਮੁੱਲ ਅੱਜ ਕੇਂਦਰ ਸਰਕਾਰ ਨੇ ਹੜੀ ਦੀਆਂ ਜਿਹੜੀਆਂ ਫਸਲਾਂ ਨੇ ਉਦੇ ਵਿੱਚ ਵਾਅਦਾ ਕੀਤਾ ਇਸ ਵਾਰ ਇਹ ਬਾਤਾਂ ਪਛੜ ਕੇ ਕੀਤਾ ਗਿਆ ਜਦੋਂ ਕਿ ਪਿਛਲੇ ਵਾਰ ਇਹ ਵਾਅਦਾ 13 ਸਤੰਬਰ ਨੂੰ ਕਰ ਦਿੱਤਾ ਗਿਆ ਸੀ ਇਸ ਵਾਰ 1 ਮਹੀਨਾ ਤੇ ਕੁਝ ਦਿਨ ਉੱਪਰ ਹੋ ਚੁੱਕੇ ਨੇ 5 ਦਿਨ ਉੱਪਰ ਹੋ ਚੁੱਕੇ ਨੇ ਜਿਹੜੇ ਜਾਣਕਾਰੀ ਦਿੰਦੇ ਹਨ ਮੰਤਰੀ ਅਨੁਰਾਗ ਠਾਕਰ ਨੇ ਦੱਸਿਆ ਕਣਕ ਦਾਲਾਂ ਜੋ ਛੋਲਿਆਂ ਸਮੇਤ ਹਾੜੀ ਦੀਆਂ ਫਸਲਾਂ 'ਚ ਘਟੋ-ਘਟ ਸਮਰਥਨ ਮੁੱਲ ਵੱਧ ਗਿਆ। ਕਣਕ ਦੇ ਭਾਅ ਵਿੱਚ 110 ਰੁਪਇਆ ਵਾਧਾ ਕਰਤਾ ਹੈ। ਜੌਂ ਵਿੱਚ ਵੀ 100 ਰੁਪਇਆ, ਛੋਲਿਆਂ 'ਚ 105 ਰੁਪਇਆ, ਔਰ ਮਸਰਦੀ ਦਾਲ 500 ਰੁਪਏ ਪ੍ਰਤੀ ਕੁੰਟਲ ਵੱਧ ਖਰਦ ਦਿੱਤਾ ਗਿਆ। ਜਿਹੜੀ ਕਮੇਟੀ ਬਣੀ ਹੈ ਘਟੋ-ਘਟ ਸਮਰਥਨ ਮੁੱਲ ਤੇ ਇਹ 2 ਦਿਨ ਪਹਿਲਾਂ ਇੱਥੇ ਸਾਡੇ ਇੱਕ ਆਗੂ ਨੇ ਭពਿੰਦਰ ਸਿੰਘ ਮਾਨ ਜਿਨ੍ਹਾਂ ਨੂੰ ਇੱਕ ਕਮੇਟੀ ਚ ਪਾਇਆ ਸੀ ਪਰ ਉਹਨਾਂ ਨੇ ਅਸਮਰਥਤਾ ਯਾਹਰ ਕਰਤੀ ਸੀ ਪਿਛਲੇ ਸਮੇਂ ਦੇ ਦੌਰਾਨ ਜਦੋਂ ਕਿਸਾਨਾਂ ਦੇ 3 ਮੈਂਬਰ ਪਾਉਣੇ ਸੀ ਇਹ ਖਖੜੀਆਂ ਕਰੀਲੇ ਹੋਏ ਫਿਰਦੇ ਐ ਰਾਜੇਵਾਲ ਸਾਹਿਬ ਆਪਣੀ ਤੂਤਰੀ ਵਜਾਉਂਦੇ ਐ ਉਗਰਾਹਾਂ ਸਾਹਿਬ ਸਭ ਤੋਂ ਵੱਡੀ ਜਥੇਬੰਦੀ ਹੈ ਉਹ ਤਾਂ ਮੁੱਖ ਮੰਤਰੀ ਦਾ ਘਰ ਕੇਰੀ ਬੈਠੇ ਨੇ ਤੇ ਬਾਕੀ ਜਥੇਬੰਦੀਆਂ ਵਾਲੇ ਆਪੋ ਆਪਣਾ ਹੀ ਹਵਾਂਜਲੀ ਲੋਕਾਂ ਨੂੰ ਸੁਣਾ ਰਹੇ ਨੇ ਜਿਹੜੀ ਇਹ ਕਮੇਟੀ ਬਣਾਈ ਸੀ ਘੱਟੋ-ਘੱਟ ਸਮਰਥਨ ਮੁੱਲ ਵਾਲੀ ਕਮੇਟੀ ਲਗਭਗ 27 ਮੈਂਬਰਾਂ ਦੇ ਤਿੰਨ ਇਹਨਾਂ ਨੇ ਸਯੁਗਤ ਕਿਸਾਨ ਮੋਰਚੇ ਨੂੰ ਕਿਹਾ ਸੀ ਕਿ ਤੁਸੀਂ ਦਿਓ ਇਹਨਾਂ ਦੀ ਸਹਿਮਤੀ ਨਹੀਂ ਬਣੀ ਇਹਨਾਂ ਨੇ ਦਿੱਤੇ ਨਹੀਂ ਕਹਿੰਦੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ 9% ਦਾ ਘੱਟੋ-ਘੱਟ ਵਾਧਾ ਕੀਤਾ ਜਾਵੇ ਔਰ ਉਸ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਨੇ ਇਹਨੂੰ ਮਨਜ਼ੂਰੀ ਦਿੱਤੀ ਹੈ ਇਸ ਨਾਲ ਕਿਹਾ ਗਿਆ ਕਿ ਹੜੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰਨ ਦਾ ਫੈਸਲਾ 2018 ਤੇ 19 ਦੇ ਬਜਟ ਦੇ ਐਲਾਨ ਨੂੰ ਪੂਰਾ ਕਰਨ ਲਈ ਲਿਆ ਗਿਆ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਪੂਰੇ ਭਾਰਤ ਵਿੱਚ ਲਾਗਤ ਦਾ 1.5 ਗੁਣਾ ਤੈ ਕੀਤਾ ਜਾਣਾ ਹੈ ਸਰਕਾਰ ਨੇ ਕਿਹਾ ਕਿ ਖਾਣ ਵਾਲੇ ਤੇਲ 11.040 ਕਰੋੜ ਦਾ ਰਾਸ਼ਟਰੀ ਮਿਸ਼ਨ ਪਾਮ ਆਇਲ ਖਾਣ ਤੇਲ ਨੂੰ ਘਰੇਲੂ ਉਤਪਾਦਨ ਨੂੰ ਵਧਾਉਣ ਅਤੇ ਆਯਾਤ ਤੇ ਨਿਰਪਰਤਾ ਘਟਾਉਣ ਲਈ ਕੀਤਾ ਗਿਆ ਬਾਹਰੋਂ ਘਟ ਆਵੇ ਸਾਡਾ ਆਪਣੇ ਕਿਸਾਨ ਇਸ ਨੂੰ ਜ਼ਿਆਦਾ ਫਾਇਦਾਵਰ ਕਰਨ ਔਰ ਅਸੀਂ ਆਮ ਤੌਰ ਤੇ ਦੇਖਣ ਵਿੱਚ ਆਇਆ ਕਿ ਸਾਡੀਆਂ ਜਿਹੜੀਆਂ ਰਾਸ਼ਟਰੀ ਪਾਰਟੀਆਂ ਨੇ ਜੇ ਤੱਕ ਕੇਂਦਰ ਦੇ ਨਾਲ ਇਹਨਾਂ ਦੀ ਭਾਈਵਾਲੀ ਹੋਵੇ ਫਿਰ ਤਾਂ ਜੇ ਕਮਾਲ ਇਹ ਕਰਤਾ ਇਹ ਤਾਂ ਮੋਦੀ ਜੀ ਨੇ ਬਹੁਤ ਇਸ ਤਰ੍ਹਾਂ ਦਾ ਭਾਅ ਵਧਿਆ ਨਹੀਂ ਭਾਵੇਂ ਵਧਿਆ 10 ਰੁਪਏ ਹੋਵੇ ਇੱਕ ਵਾਰ ਇਹ ਵਾਅਦਾ ਹੋਇਆ ਉਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਆ ਗਈ ਉਹਨਾਂ ਨੇ ਕਣਕ ਤੇ ਵਾਅਦਾ 100 ਰੁਪਏ ਕਰਤਾ ਤੇ ਭਾਈਵਾਲਾਂ ਦਾ ਇਦੂ ਵੱਡਾ ਕੋਝਾ ਮਜ਼ਾਕ ਕਾਕਾ ਕੀ ਹੋ ਸਕਦਾ ਕਿਸਾਨਾਂ ਦੇ ਨਾਲ ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਕਿ ਜੀ ਜਿਹੜਾ 10 ਰੁਪਏ ਵਾਧਾ ਹੋਇਆ ਉਹ ਵੱਧਾ ਹੈ ਕਿ 100 ਰੁਪਏ ਵਾਧਾ ਹੈ ਉਹ ਛੱਡੋ ਕਾਕਾ ਤੁਸੀਂ ਤਾਂ ਹਰ ਵਾਰ ਇਹੋ ਜਿਹੀ ਗੱਲਾਂ ਹੀ ਕਰਦੇ ਰਹਿੰਦੇ ਹੋ ਜੇ ਭਾਈਵਾਲ ਹੁੰਦੇ ਤੇ ਅੱਜ ਵੀ ਇਸ ਤਰ੍ਹਾਂ ਦਾ ਬਿਆਨ ਆ ਜਾਣਾ ਸੀ ਪਰ ਉਹ ਜ਼ਰੂਰ ਬਿਆਨ ਦੇਣਗੇ ਇਹ ਤਾਂ ਕਿਸਾਨਾਂ ਦੇ ਨਾਲ ਕੋਝਾ ਮਜ਼ਾਕ ਹੈ ਕਾਂਗਰਸ ਆਮ ਆਦਮੀ ਪਾਰਟੀ ਇਹਨਾਂ ਦੇ ਬਿਆਨ ਸਵੇਰ ਨੂੰ ਸੁਨੇ ਹੋ ਗਿਓ ਇਹ ਤਾਂ ਜੀ ਬਹੁਤ ਵੱਡਾ ਕੋਝਾ ਬਜਾਵ ਕਾ ਕਿਸਾਨਾਂ ਦੇ ਨਾਲ ਉਹਦੇ ਵਿੱਚ ਅਕਾਲੀ ਦਲ ਵੀ ਸ਼ਾਮਲ ਰਹੇਗਾ ਕਾਂਗਰਸ ਵੀ ਹੈਗੀ ਹੈ ਤੇ ਆਮ ਆਦਮੀ ਪਾਰਟੀ ਤਿੰਨ ਪ੍ਰਮੁੱਖ ਪਾਰਟੀਆਂ ਪੰਜਾਬ ਦੀਆਂ ਇਹਨਾਂ ਨੇ ਇਹਦੀ ਨਖੇਤੀ ਕਰਨ ਨੂੰ ਕਰਨੀ ਹੈ ਜੀ ਉੱਥੇ ਹੀ ਪੀਐਮ ਮੋਦੀ ਤੇ ਆਤਮਕਾਤੀ ਹਮਲੇ ਦੀ ਸਾਜ਼ਿਸ਼ ਦਾ ਖਦਸ਼ਾ ਜਤਾਇਆ ਜਾ ਰਿਹਾ ਖੂਫੀਆ ਏਜੰਸੀ ਨੇ ਅਲਰਟ ਵੀ ਜਾਰੀ ਕੀਤਾ ਗਿਆ ਹੈ ਕੋਪੀਆ ਏਜੰਸੀਆਂ ਇਸ ਤਰ੍ਹਾਂ ਦੇ ਜਿਹੜੀਆਂ ਇਹ ਕੋਈ ਪਹਿਲੀ ਵਾਰ ਨਹੀਂ 15 ਅਗਸਤ ਹੋਵੇ 26 ਜਨਵਰੀ ਹੋਵੇ ਜਾਂ ਦੀਵਾਲੀ ਤੁਸੀਂ ਕਦੇ ਵੇਖ ਲਓ ਕਿਸੇ ਡੀਸੀ ਦੇ ਜਿਹੜੇ ਪ੍ਰੈਸ ਨੋਟ ਨੇ ਇਹ ਪੰਜ-ਸੱਤ ਪ੍ਰੈਸ ਨੋਟ ਪੱਕੇ ਨੇ ਜਿਹੜੇ ਹਵਾਈ ਜਹਾਜ਼ਾਂ ਦੇ ਕੋਲ ਪਤੰਗ ੜਾਉਣੇ ਬਣਾ ਹਨ ਜਦੋਂ ਆ ਬਸੰਤਾ ਹੋਗੀ ਦੂਜਾ ਆ ਸਾਡੇ ਨਾਬੇ ਦੇ ਕੋਲ ਆ ਜਲਨਸ਼ੀਲ ਪਦਾਰਥ ਲੈ ਜਾ ਕੇ ਜਾਣੇ ਬਣੇ ਨੇ ਕੁਝ ਇਹੋ ਜਿਹੇ ਆਉਂਦੇ ਨੇ ਜਿਵੇਂ ਗਾਂਧੀ ਜਨਤੀ ਹੈ 15 ਅਗਸਤ 26 ਜਨਵਰੀ ਹੈ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣਗੇ ਭਾਵੇਂ ਪਿਛਲੇ ਪਾਸੇ ਮੋਰੀ ਚ ਕੱਡ-ਕੱਡ ਵੇਚੀ ਜਾਣ ਇਹ ਸਟੀਰੀਓ ਟਾਈਪ ਸਿਸਟਮ ਹੈ ਪਿਛਲੇ ਅਖਬਾਰ 50 ਸਾਲ ਦੇ ਕੱਢ ਲਓ 15 ਅਗਸਤ 26 ਜਨਵਰੀ ਤੇ ਦੀਵਾਲੀ ਦੇ ਨੇੜੇ ਫਲਾਨੇ ਤੇ ਆਤਮਕਾਤੀ ਹਮਲਾ ਹੋ ਸਕਦਾ ਫਲਾਨੇ ਤੇ ਹੋ ਸਕਦਾ ਹੈ ਤੇ ਇੱਥੇ ਸਾਰਾ ਕੁਝ ਹੈ ਇੱਥੇ ਭਾਵੇਂ ਮੁੱਖ ਮੰਤਰੀ ਹੋਣ ਪ੍ਰਧਾਨ ਮੰਤਰੀ ਹੋਣ ਹਮਲੇ ਤਾਂ ਉਹਨਾਂ ਤੇ ਹੋਏ ਨੇ ਤੇ ਕਿੱਥੇ ਇਹਨਾਂ ਦਾ ਖੁਫੀਆ ਤੰਤਰ ਤੇ ਕਿੱਥੇ ਉਹ ਤੰਤਰ ਜਿਹੜਾ ਬੰਦਿਆਂ ਨੂੰ ਉੱਥੇ ਪੁੱਛ ਕੇ ਤੇ ਚੈੱਕ ਕਰਕੇ ਲੈ ਕੇ ਜਾਂਦਾ ਹੈ ਇਹਦਾ ਮਤਲਬ ਜੀ ਇਹਦੇ باوجود ਵੀ ਇਹ ਆਤਮਕਾਤੀ ਹਮਲੇ ਜਾਂ ਹੋਰ ਹੋ ਜਾਂਦੇ ਨੇ ਇਹਦਾ ਮਤਲਬ ਇਹਨਾਂ ਦੀ ਸੁਰੱਖਿਆ ਫੋਰਸਾਂ ਦੇ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਨੇ ਉਹਨਾਂ ਨੂੰ ਪਛਾਣਨ ਦੀ ਲੋੜ ਹੈ ਉਹ ਕਾਲੀਆਂ ਭੇਡਾਂ ਕਹਿੰਦੇ ਆ ਨਾ ਕਿ ਚੁਗਲਖੋਰ ਨੂੰ ਜੇਕਰ ਰੋਕੀਏ ਨਾ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੀ ਸੋ ਇਸੇ ਤਰ੍ਹਾਂ ਜਿਹੜੇ ਇਸ ਤਰ੍ਹਾਂ ਦੇ ਕਾਲੀਆਂ ਭੇਡਾਂ ਨੇ ਉਹ ਆਪਣਾ ਕੰਮ ਕਰਦਿਆਂ ਕਰਦਿਆਂ ਕਰ ਜਾਂਦੇ ਨੇ ਉਹਨਾਂ ਨੂੰ ਪਛਾਣਨ ਦੀ ਲੋੜ ਹੈ ਜੇ ਇਹ ਕਾਲੀਆਂ ਭੇਡਾਂ ਨੂੰ ਪਾਸੇ ਕੱਢ ਲਿਆ ਜਾਵੇ ਤੇ ਜਿਨ੍ਹਾਂ ਦੇ ਮੋਢਿਆਂ ਤੇ ਵੱਡੇ ਵੱਡੇ ਤਾਰੇ ਲੱਗੇ ਨੇ ਨਵੇਂ ਤਾਰੇ ਦਾ ਕੋਈ ਹੈ ਹੀ ਨਹੀਂ ਉਹਨਾਂ ਨੂੰ ਆਪਣੀ ਡਿਊਟੀ ਜ਼ਿੰਮੇਵਾਰੀ ਤੇ ਗੰਭੀਰਤਾ ਨਾਲ ਨਿਭਾਉਣੀ ਚਾਹੀਦੀ ਹੈ ਕਿਉਂ ਹੋਵੇ ਇਸ ਤਰ੍ਹਾਂ ਦਾ ਕੰਮ ਜੇ ਇਸ ਮੁਲਕ ਦੇ ਵਿੱਚ ਪ੍ਰਧਾਨ ਮੰਤਰੀ ਸੁਰੱਖਿਤ ਨਹੀਂ ਇਸ ਮੁਲਕ ਦੇ ਵਿੱਚ ਮੁੱਖ ਮੰਤਰੀ ਸੁਰੱਖਿਤ ਨਹੀਂ ਤੇ ਫਿਰ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਇਹ ਜਿਹੜਾ ਅਲਰਟ ਜਾਰੀ ਕੀਤਾ ਹੈ ਇਹਦੇ ਤੇ ਜਿਹੜਾ ਸਾਡਾ ਖੁਫੀਆ ਤੰਤਰ ਹੈ ਤੇ ਸੁਰੱਖਿਆ ਬਲ ਨੇ ਇਹਨਾਂ ਸਾਰਿਆਂ ਨੂੰ ਪੂਰੀ ਚੌਕਸੀ ਤੋਂ ਕੰਮ ਲੈਣਾ ਚਾਹੀਦਾ ਹੈ ਔਰ ਇਹ ਕਿੱਥੋਂ ਆਈ ਹੈ ਇਹਦੀ ਜਾਣਕਾਰੀ ਵੀ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ ਕਿ ਕਿਰੇ ਇਸ ਤਰ੍ਹਾਂ ਦੀ ਘਰਾਉਣੀ ਹਰਕਤ ਕਰਨ ਦੀ ਸੋਚੀ ਵੀ ਕਿਵੇਂ? ਪ੍ਰਧਾਨ ਮੰਤਰੀ ਸਾਰੇ ਮੁਲਕ ਦੇ ਨੇ ਉਹ ਸਾਡੇ ਸਾਰਿਆਂ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਸੁਰੱਖਿਆ ਰਾਸ਼ਟਰਪਤੀ ਸਾਹਿਬ ਤੇ ਹੋਰਾਂ ਦੀ ਆਮ ਲੋਕਾਂ ਦੀ ਵੀ ਸੁਰੱਖਿਆ ਲਈ ਇਹਨਾਂ ਸਰਕਾਰਾਂ ਨੂੰ ਪਾਬੰਦ ਰਹਿਣ ਦੀ ਜ਼ਰੂਰਤ ਹੈ। ਜੀ ਚੰਡੀਗੜ੍ਹ ਦੇ ਵਿੱਚ ਮਹਿਲਾ ਵਕੀਲ ਦੇ ਘਰ ਐਨਐਡੀ ਰੇਡ ਦਾ ਜਿਹੜਾ ਵਿਰੋਧ ਕੀਤਾ ਗਿਆ ਵਕੀਲਾਂ ਨੇ ਆਪਣਾ ਕੰਮ ਕਾਜ ਤੋਂ ਪੰਦ ਰੱਖਿਆ। ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਮੈਂ ਇਸ ਤੇ ਬੜਾ ਵਿਸਥਾਰ ਚ ਗੱਲ ਕੀਤੀ ਸੀ ਪਰ ਅਸੀਂ ਨਾ ਗਲਤ ਬੋਲ ਗਏ ਸੀ ਲੇਜਾ ਸ਼ਰਮਾ। ਐਕਚੁਅਲੀ ਇਹਨਾਂ ਦਾ ਨਵਾਂ ਹੈ ਸ਼ੈਲੀ ਸ਼ਰਮਾ ਇਹ ਅੱਜ ਸਵੇਰੇ ਬਹੁਤ ਸਾਰੇ ਚੈਨਲਾਂ ਦੇ ਉੱਤੇ ਬੋਲ ਰਹੇ ਸੀ ਇਹਦੇ ਕਰਕੇ ਮੈਂ ਪਹਿਲਾਂ ਵੀ ਦੱਸਿਆ ਕਿ ਵਕੀਲਾਂ ਨੇ ਅੱਜ ਕੰਮਕਾਰ ਬੰਦ ਰੱਖਿਆ ਉਹਨਾਂ ਦੇ ਜਿਹੜੇ ਐਸੋਸੀਏਸ਼ਨ ਹੈ ਉਹਦੇ ਪ੍ਰਧਾਨ ਨੇ ਸੰਤੋਖਵਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਕਲਾਇੰਟ ਜਿਹਨੂੰ ਆਪਾਂ ਗਾਹ ਕਹਿ ਦਿੰਨੇ ਆ ਕਿ ਕਿਸੇ ਵੀ ਵਿਅਕਤੀ ਦਾ ਕਿਸੇ ਵਕੀਲ ਨੂੰ ਕਿਹਨੂੰ ਕਰਨਾ ਹੈ ਕਿਹਨੂੰ ਨਹੀਂ ਕਰਨਾ ਉਹਦਾ ਨਿੱਜਤਾ ਦਾ ਅਧਿਕਾਰ ਹੈ ਇਹਦੇ ਵਿੱਚ ਮੇਰਾ ਖਿਆਲ ਹੈ ਕਿਸੇ ਕਿਸਮ ਦੀ ਕੋਈ ਨਹੀਂ ਹੋਣੀ ਚਾਹੀਦੀ ਜੇ ਵਕੀਲ ਸਾਹਿਬ ਦੇ ਘਰੇ ਜਾ ਕੇ ਐਨਆਈ ਵਾਲਿਆਂ ਨੇ ਇਹ ਕੰਮ ਕੀਤਾ ਕਿ ਤੁਸੀਂ ਕੌਣ ਤੁਹਾਨੂੰ ਵਕੀਲ ਕਰਨ ਆਇਆ ਹੈ ਮੇਰਾ ਖਿਆਲ ਹੈ ਕੋਈ ਇਸ ਕਿਸਮ ਦਾ ਕੋਈ ਵਿਧਾਨ ਬਣਾਉਣਾ ਚਾਹੀਦਾ ਹੈ ਕਿ ਕਿੱਥੋਂ ਤੱਕ ਲੋਕਾਂ ਕੋਲੇ ਜਾਵੇ ਜੇ ਵਕੀਲ ਦਾ ਕੰਮ ਹੀ ਕੇਸ ਲੜਨਾ ਹੈ ਇਹ ਐਨਆਈਏ ਹਲ ਦੱਸਣਗੇ ਵੀ ਕਿਹਦਾ ਕੇਸ ਤੁਸੀਂ ਲੜਨਾ ਕਿਹਦਾ ਨਹੀਂ ਲੜਨਾ ਕੋਈ ਦਾਇਰੇ ਹੁੰਦੇ ਨੇ ਕੇਂਦਰ ਸਰਕਾਰ ਜੀ ਉਹਨਾਂ ਦਾਇਰਿਆਂ ਦੀ ਕਦਰ ਕਰੋ ਜਦੋਂ ਪਰ ਤੁਸੀਂ ਵਿਰੋਧੀ ਧਿਰ ਚ ਹੋ ਜਾਓਗੇ ਇਹ ਕੁਝ ਤੁਹਾਡੇ ਨਾਲ ਵਾਪਰਿਆ ਫਿਰ ਤੁਸੀਂ ਕਹਿਣਾ ਕਿ ਸਾਡੀ ਨਿੱਜਤਾ ਦੇ ਵਿੱਚ ਦਖਲ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਐਨਆਈਏ ਦੇ ਮੁਖੀ ਨੂੰ ਵੀ ਚਿੱਠੀ ਲਿਖੀ ਹੈ ਤੇ ਮੇਰਾ ਖਿਆਲ ਹੈ ਜਿਹੜੀ ਹਾਈ ਕੋਰਟ ਦੀ ਵਾਰ ਹੈ ਉਬੀ ਇਹਦੇ ਤੇ ਵਿਚਾਰ ਪਟੰਤਰਾ ਕਰ ਰਹੇ ਨੇ ਇਹ ਨਾ ਹੋਵੇ ਕਿ ਤੇ ਸਾਰੇ ਭਾਰਤ ਦੇ ਵਿੱਚ ਵਕੀਲ ਭਾਈਚਾਰੇ ਵੱਲੋਂ ਹੋਰ ਪ੍ਰਦਰਸ਼ਨ ਹੋ ਜਾ। ਜੀ ਸਸਤਾ ਪੈਟਰੋਲ ਤੇ ਡੀਜ਼ਲ ਦੇਣ ਕਾਰਨ ਤੇਲ ਕੰਪਨੀ ਨੂੰ 56000 ਕਰੋੜ ਦਾ ਜਿਹੜਾ ਨੁਕਸਾਨ ਹੋਇਆ। ਪਤਾ ਨਹੀਂ ਇਸ ਹਸਤਾ ਕਿੱਥੋਂ ਹੋਇਆ ਜਾ ਮਹਿੰਗਾ ਕਿਵੇਂ ਹੋ ਗਿਆ। ਸਾਰੇ ਪ੍ਰਧਾਨ ਮੰਤਰੀ ਸਾਹਿਬ 2014 ਤੋਂ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਇੱਕ ਦੇਸ਼ ਇੱਕ ਟੈਕਸ ਤੇ ਫਿਰ ਇਹ ਪੈਟਰੋਲ ਡੀਜ਼ਲ ਗੈਸਾਂ ਇਹ GST ਚੋਂ ਬਾਹਰ ਕਿਵੇਂ ਨੇ ਗੁੜਚ ਐਂਡ ਸਰਵਸ ਟੈਕਸ ਨੂੰ ਕਹਿੰਦੇ ਆ GST ਕਹਿੰਦੇ ਆ ਕਿ ਮਾਰਕੀਟਿੰਗ ਕੰਪਨੀਆਂ ਨੇ ਉਹਨਾਂ ਦੀਆਂ ਉਹ ਕਹਿੰਦੇ ਅਸੀਂ ਸਸਤਾ ਦੇ ਰਿਹਾ ਲੋਕਾਂ ਦਾ ਕਚੂਬਰ ਨਿਕਲਿਆ ਪਿਆ ਇਹ ਕਹਿੰਦੇ ਅਸੀਂ ਸਸਤਾ ਮਤਲਬ ਦਿੱਤਾ ਜਾ ਰਿਹਾ ਹੈਗਾ ਕਰ ਦਿਓ 1000 ਰੁਪਏ ਲੀਟਰ ਆਪੇ ਲੋਕ ਸਾਈਕਲ ਚਲਾਉਣ ਲੱਗੇ ਜਾਣਗੇ ਇਹ ਕੋ ਬਾਤ ਦੀ ਗੱਲ ਨਹੀਂ ਇਹਦੇ ਤੇ ਪੈਟਰੋਲੀਅਮ ਮੰਤਰੀ ਜਿਹੜੇ ਸਾਡੇ ਅ ਪੁਰੀ ਸਾਹਿਬ ਨੇ ਕੇਂਦਰੀ ਮੰਤਰੀ ਕੇਂਦਰੀ ਸ਼ਰੀ ਹਵਾਵਾਚ ਹਰਦੀਪ ਪੁਰੀ ਜੀ ਇਹ ਪੈਟਰੋਲੀਅਮ ਵਾਲਾ ਵਿਭਾਗ ਵੀ ਉਹਨਾਂ ਦੇ ਕੋਲ ਹੀ ਹੈ ਉਹਨਾਂ ਨੂੰ ਇਹਦੇ ਤੇ ਆਪਣਾ ਬਿਆਨ ਦੇਣਾ ਚਾਹੀਦਾ ਹੈ ਕਿ ਕੰਪਨੀਆਂ ਨੂੰ ਘਾਟਾ ਵੀ ਨਾ ਪਵੇ ਤੇ ਸਰਕਾਰ ਨੂੰ ਵੀ ਨਾ ਪਵੇ ਤੇ ਆਮ ਲੋਕਾਂ ਨੂੰ ਵੀ ਵਸਤੂ ਸਸਤੀ ਮਿਲੇ ਇਹ 8 ਸਾਲਾਂ ਦੇ ਵਿੱਚ ਕਿਹੜੀ ਗੱਲ ਹੋਊਗੀ ਕਿ 450 ਵਾਲਾ ਜਿਹੜਾ ਛੋਟਾ ਸਿਲੰਡਰ ਉਹ ਅੱਜ ਬਹੁਤ ਵੱਡੇ ਪੱਧਰ ਤੇ ਮਿਲ ਰਹੇ ਹੈਗਾ ਕਿਉਂ ਇਹਦੇ ਬਾਰੇ ਉਹਨਾਂ ਨੂੰ ਵੀ ਆਪਣੀ ਗੱਲ ਖੋਲਣੀ ਚਾਹੀਦੀ ਹੈ ਜਿਹੜੀ ਖੋਲੀ ਨਹੀਂ ਜਾ ਰਹੀ ਆਮ ਲੋਕਾਂ ਨੂੰ ਕਿਵੇਂ ਇਹ 1150 ਤੱਕ ਪਹੁੰਚ ਗਿਆ ਸਿਲੰਡਰ ਡੀਜ਼ਲ ਵਧਿਆ ਪੈਟਰੋਲ ਵਧਿਆ ਇਹ ਦੋਨੋਂ ਚੀਜ਼ਾਂ 60 ਰੁਪਏ ਤੋਂ ਥੱਲੇ ਸੀ ਡੀਜ਼ਲ ਤਾਂ 45 ਰੁਪਏ ਸੀ ਪੈਟਰੋਲ 57 58 ਰੁਪਏ ਸੀ ਤੇ ਹੁਣ ਇਹ ਦੋਨੋਂ 100 ਦੇ ਆਸ-ਪਾਸ ਜਾ ਪਹੁੰਚੇ ਨੇ ਸੌਦਾ ਅੰਕੜਾ ਪਾਰ ਕਰਕੇ ਸੀ ਮਸ਼ੀਨਾਂ ਦੇ ਵਿੱਚ ਤਬਦੀਲੀ ਕਰਨੀ ਪਈ ਤੇ ਅੱਗੇ ਚੋਣਾ ਆ ਰਿਹਾ ਨੇ ਮੈਨੂੰ ਲੱਗਦਾ ਕਿ ਅਜੇ ਇਹ ਇਹਨਾਂ ਦੇ ਵਿੱਚ ਵਾਧਾ ਨਹੀਂ ਕਰਨਗੇ ਆਮ ਸਰਕਾਰਾਂ ਦਾ ਕੰਮ ਦੇਖਣ ਵਿੱਚ ਆਇਆ ਕਿ 50 ਰੁਪਏ ਵਧਾ ਦਿਓ ਮੁੜ ਕੇ 10 ਰੁਪਏ ਘਟਾ ਦਿਓ ਸੋ ਇਹਦੇ ਬਾਰੇ ਸਾਡੇ ਹਰਦੀਪਪੁਰੀ ਜੀ ਨੂੰ ਸਾਰੀ ਸਤਿਤੀ ਸਪਸ਼ਟ ਕਰਨ ਦੀ ਲੋੜ ਹੈ ਜੀ ਸਿੱਧੂ ਮੂਸੇਵਾਲਾ ਕਤਲकांड ਦੀ ਗੱਲ ਕੀਤੀ ਜਾਵੇ ਤਾਂ ਆਏ ਦਿਨ ਉਸ ਮਾਮਲੇ ਦੇ ਵਿੱਚ ਵੱਡੇ ਤੋਂ ਵੱਡੇ ਖੁਲਾਸੇ ਜਿਹੜੇ ਸਾਹਮਣੇ ਆ ਰਹੇ ਨੇ ਹਾਲੇ ਦੇ ਵਿੱਚ ਗੈਂਗਸਟਰ ਮੀਤਾਂ ਨੇ ਵੀ ਕੁਝ ਖੁਲਾਸੇ ਕੀਤੇ ਨੇ ਇਮੀਤਾ ਨੂੰ ਕੁਝ ਦਿਨ ਪਹਿਲਾਂ ਫੜਿਆ ਗਿਆ ਸੀ। ਇਹਦੇ ਬਾਰੇ ਚਰਚੇ 2-3 ਦਿਨ ਪਹਿਲਾਂ ਹੀ ਸ਼ੁਰੂ ਹੋ ਗਏ ਸੀ ਕਿ ਉਹਨੇ ਪੁਲਿਸ ਕਸਟਡੀ ਦੇ ਵਿੱਚ ਪੁਲਿਸ ਹਾਰਸਤ ਦੇ ਵਿੱਚ ਆ ਕੁਝ ਕਿਹਾ। ਲੁਧਿਆਣੇ ਦੇ ਸੀਜੀਐਸਟਾਫ 2 ਉਹਨਾਂ ਦੇ ਪੁੱਛਗਛ ਤੋਂ ਪਤਾ ਲੱਗਿਆ ਕਿ ਇਹਦੇ ਕੋਲ ਦੋ ਵਰਦੀਆਂ ਮਿਲੀਆਂ ਨੇ ਪੁਲਿਸ ਵਾਲਿਆਂ। ਇਹ ਦੋ-ਤਿੰਨ ਵਾਰੀ ਸਿੱਧੂ ਮੂਸੇ ਵਾਲੇ ਦੇ ਘਰ ਗਿਆ। ਸੁਰੱਖਿਆ ਕਰਮਚਾਰੀ ਜ਼ਿਆਦਾ ਦੇਖ ਕੇ ਇਹਦਾ ਹੀਆ ਨਹੀਂ ਪਿਆ ਇਹ ਵਾਪਸ ਆ ਗਿਆ। ਰੈਕੀ ਕਰਨ ਵਾਲਿਆਂ ਦੇ ਵਿੱਚ ਵੀ ਸ਼ਾਮਲ ਸੀ। ਪਿਛਲੇ ਦਿਨਾਂ ਦੇ ਵਿੱਚ ਇਹਨੂੰ ਬਟਾਲਾ ਪੁਲਿਸ ਨੇ ਗ੍ਰਿਫਤਾਰ ਕਤਲ ਦੇ ਯਤਨ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਰਿਮਾਂਡ ਤੋਂ ਬਾਅਦ ਨਿਆਂਇਕ ਅਦਾਲਤ ਵਿੱਚ ਭੇਜਤਾ ਸੀ ਜਿੱਥੋਂ ਇਹਨੂੰ ਲੁਧਿਆਣਾ ਸੀ ਇਹ ਟੂ ਦੀ ਪੁਲਿਸ ਲਈ ਆਈ ਜੱਗੂ ਭਗਵਾਨਪੁਰੀਆ ਤੋਂ ਪੁੱਛਗਿੱਛ ਜਦੋਂ ਹੋਈ ਉਹਦੇ ਵਿੱਚ ਮੀਤੇ ਦਾ ਨਾਮ ਸਾਹਮਣੇ ਆਇਆ ਸੀ ਮੀਤਾ ਨੂੰ ਜਿਹੜਾ ਹੈਗਾ ਅੰਗਰੇਜ਼ੀ ਵਿੱਚ ਸ਼ਬਦ ਕਹਿੰਦੇ ਆ ਅਸੀਂ ਪ੍ਰੋਡਕਸ਼ਨ ਬਰੰਟ ਪੇਸ਼ਗੀ ਬਰੰਟ ਦੇ ਉੱਤੇ ਲੈ ਕੇ ਆਂਦਾ ਗਿਆ ਸੀ ਜਿਦੇ ਵਿੱਚ ਇਹਦੀ ਨਿਸ਼ਾਨਦਹੀ ਤੇ ਇੱਕ ਪਿਸਤੌਲ ਵੀ ਬਰਾਮਦ ਹੋਇਆ ਸੀ ਸੀਆਈਏ ਸਟਾਫ ਵੱਲੋਂ ਇਹਦਾ ਮੰਗਲ ਤੱਕ ਮੰਗਲਵਾਰ ਤੱਕ ਦਾ ਅੱਜ ਤੱਕ ਦਾ ਰਿਮਾਂਡ ਹੈ ਅੱਜ ਇਹਨੂੰ ਦੁਬਾਰਾ ਕੋਰਟ ਚ ਅਦਾਲਤ ਚ ਪੇਸ਼ ਹੋਵੇਗਾ ਪੇਸ਼ ਕਰਨ ਤੋਂ ਬਾਅਦ ਇਹਨਾਂ ਦਾ ਨਵਾਂ ਰਿਮਾਂਡ ਮਿਲਦਾ ਜਾਂ ਇਹਨੂੰ ਨਿਆਂਇਕ ਰਾਸਤੇ ਚ ਮੋੜ ਭੇਜਿਆ ਜਾਂਦਾ ਹੈ ਇਹ ਅਦਾਲਤ ਤੇ ਨਿਰਭਰ ਕਰਦਾ ਹੈ ਗੱਲ ਕੀਤੀ ਜਾਵੇ ਹਿਮਾਚਲ ਦੀ ਤਾਂ ਉੱਥੇ ਵੀ ਦਵਾਈਆਂ ਦੇ ਸੈਂਪਲ ਫੇਲ ਹੋਏ ਨੇ ਵਾਰ-ਵਾਰ ਅਜਿਹਾ ਹੋਣ ਤੇ ਸਖਤ ਕਾਰਵਾਈ ਕਰਨ ਦੀ ਵੀ ਗੱਲ ਵੀ ਜੜੀ ਕਹੀ ਜਾ ਰਹੀ ਹੈ 20 ਕੱਲੇ ਹਿਮਾਚਲ ਦੇ ਵਿੱਚ ਵੱਖ-ਵੱਖ ਦਵਾਈਆਂ ਦੇ ਨਮੂਨੇ ਫੇਲ ਹੋਏ ਨੇ 59 ਕੁਲ ਹੋਏ ਨੇ ਉਹ ਜੋ 20 ਕੱਲੇ ਆ ਗਾਂਬਿਆ ਵਰਗਾ ਛੋਟਾ ਜਿਹਾ ਮੁਲਕ ਜਿਹਦੇ ਹਰਿਆਣੇ ਚ ਬੰਨ੍ਹਨ ਵਾਲੀਆਂ ਸਾਡੀਆਂ ਖੰਗਦੀਆਂ ਦਵਾਈਆਂ ਦੇ ਵਿੱਚ ਭਾਰਤ ਦਾ ਨਕ ਨੀਵਾ ਕਰਤਾ ਝੁਕਣਾ ਪੈ ਗਿਆ ਭਾਰਤ ਨੂੰ ਇਹਦਾ ਮਤਲਬ ਕੇਂਦਰ ਦੇ ਸਿਹਤ ਮੰਤਰਾਲੇ ਦੇ ਕੋਈ ਨਾ ਕੋਈ ਕਾਲੀ ਪੇੜ ਉਹਦੇ ਵਿੱਚ ਸ਼ਾਮਲ ਹੈ ਜਿਹੜੇ ਦੀ ਬਿਲੀ ਭੁਗਤਦੇ ਰਹਾ ਸਾਰਾ ਕੁਝ ਹੋ ਰਿਹਾ ਸੀ ਹਿਮਾਚਲ ਦੇ ਡਰੱਗ ਕੰਟਰੋਲਰ ਨੇ ਨਵਨੀਤ ਬਰਵਾਹਾ ਉਹਨਾਂ ਨੇ ਦੱਸਿਆ ਕਿ ਜਿਹਨਾਂ ਦਵਾਈਆਂ ਦੇ ਬਾਰ-ਬਾਰ ਸਿੰਪਲ ਫੇਲ ਹੋ ਰਹੇ ਨੇ ਉਹਨਾਂ ਨੂੰ ਜੀਏ ਐਮਪੀ ਨਿਜਮਾ ਤਹਿਤ ਪੜਤਾਲ ਕਰਵਾਈ ਜਾ ਰਹੀ ਹੈ ਇਹਨਾਂ ਦਵਾਈਆਂ ਦੇ ਉਹਨਾਂ ਨੇ ਨਾਮ ਵੀ ਦਿੱਤੇ ਨੇ ਕਿ ਆਹ ਆਹ ਦਵਾਈਆਂ ਜਿਹੜੀਆਂ ਨੇ ਇਹ ਕੁਝ ਗੋਲੀਆਂ ਨੇ ਕੁਝ ਸਰਪਰੇ ਕੁਝ ਹੋਰ ਕਿਸਮ ਦੀਆਂ ਦਵਾਈਆਂ ਨੇ ਆ ਬਿਲਕੁਲ ਸਾਡੇ ਗੁਆਂਡ ਦੇ ਵਿੱਚ ਇਹ ਦਵਾਈਆਂ ਪੰਜਾਬ ਚੋਂ ਇਸ ਕਰਕੇ ਭੱਜੀਆਂ ਸੀ ਕੰਪਨੀਆਂ ਕਿ ਬਾਜਪਾਈ ਸਾਹਿਬ ਦੀ ਸਰਕਾਰ ਨੇ 2004 ਦੇ ਵਿੱਚ ਇਹਨਾਂ ਨੂੰ ਪਹਾੜੀ ਰਾਜਾਂ ਚ ਜਾਣ ਕਰਕੇ ਰਹਿਤਾਂ ਦੇਤੀਆਂ ਸੀ ਜਿਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਕੱਲੇ ਦਾ ਹੋਇਆ ਕਿ ਇੱਥੋਂ ਬਹੁਤ ਸਾਰੀਆਂ ਸੰਤਾਂ ਇਹ ਟੈਕਸਾਂ ਦੀ ਛੂਟ ਕਰਕੇ ਬੱਦੀ ਦੇ ਵਿੱਚ ਸ਼ਾਮਲ ਹੋਗੀਆਂ ਸੀ ਲੇਕਿਨ 20 ਦਵਾਈਆਂ ਦਾ ਸਾਡੇ ਇੱਥੇ ਬਹੁਤ ਸਾਰੀਆਂ ਦਵਾਈਆਂ ਬੱਦੀ ਤੋਂ ਹੁੰਦੀਆਂ ਨੇ ਇਹ ਵੀ ਚੱਲਦੇ ਆ ਕਿ ਮੰਤਰੀਆਂ ਦੀਆਂ ਹਸਪਤਾਲੀਆਂ ਵੀ ਆ ਨੇ ਇਹਨਾਂ ਦਵਾਈਆਂ ਦੇ ਵਿੱਚ ਖਾਸ ਕਰ ਜਿਹੜੇ ਸਿਹਤ ਮਹਿਕਮੇ ਨਾਲ ਜੁੜੇ ਹੋਏ ਹੁੰਦੇ ਨੇ ਤੇ ਇਹਨਾਂ ਦੀ ਜਾਂਚ ਪੜਤਾਲ ਦੀ ਲੋੜ ਹੈ ਮਨੁੱਖੀ ਦਾ ਨੂੰ ਮਾਰਨ ਵਾਸਤੇ ਇਹ ਲੋਕ ਦੁੱਖੀਆਂ ਪੰਜੀਆਂ ਆਪਣੀਆਂ ਲੈ ਕੇ ਜਿਹੜੇ ਦੋਸ਼ ਲੱਗਦੇ ਆ ਇਹਨਾਂ ਤੇ ਤੇ ਇਹ ਮੁਕਤਾ ਦਾ ਘਾਣ ਕਰ ਰਹੇ ਨੇ ਜਦਕਿ ਬਹੁਤ ਵਾਰੀ ਪਾਸ ਹੋ ਚੁੱਕਿਆ ਹੈ ਕਿ ਤੁਸੀਂ ਦਵਾਈ ਦਾ ਨਾਂ ਨਾ ਲਿਖੋ ਸਾਲਟ ਲਿਖੋ ਕਈ ਸਾਲਟ ਕੰਪਨੀਆਂ ਦੇ 5 ਜਾਂ 70 ਰੁਪਏ ਚ ਮਿਲਦੇ ਨੇ ਉਹੀ ਕਿਸੇ ਹੋਰ ਕੰਪਨੀ ਦੀ ਦਵਾਈ ਦੀ ਗੋਲੀ ਜਿਹੜੀ 5 ਰੁਪਏ ਜਾਂ 70 ਰੁਪਏ ਦੇ ਵਿੱਚ ਮਿਲਦੀ ਹੈ ਉਹ 50 ਜਾਂ 55 ਜਾਂ 100 ਤੋਂ ਵੀ ਵੱਧ ਮਿਲਦੀ ਹੈ ਸਾਲਟ ਇੱਕੋ ਹੈ ਤੇ ਉਹ ਕੰਪਨੀਆਂ ਜਿਹੜੀਆਂ ਫਿਰ ਡਾਕਟਰਾਂ ਨੂੰ ਮੌਜਮਸਤੀ ਕਰਾਉਂਦੀਆਂ ਨੇ ਸਾਲ ਚ ਕਿ ਤੁਸੀਂ ਫਲਾਣੇ ਮੁਲਕ ਚ ਜਾਇਓ ਚਾਰ ਜੀ ਇਕੱਠੇ ਹੋ ਕੇ ਉਹਨਾਂ ਦੇ ਉੱਤੇ ਲੱਖਾਂ ਰੁਪਇਆ ਖਰਚਦੇ ਆ ਉਹ ਆਮ ਲੋਕਾਂ ਦੇ ਉੱਤੇ ਭਾਰ ਪੈਂਦਾ ਬਹੁਤ ਸਾਰੇ ਡਾਕਟਰ ਇਮਾਨਦਾਰ ਰੂਪ ਦੇ ਵਿੱਚ ਵੀ ਹੈਗੇ ਨੇ ਜਿਹੜੇ ਇਸ ਤਰ੍ਹਾਂ ਦੇ ਕੁਚਾਜੇ ਚ ਨਹੀਂ ਫਸਦੇ ਪਰ ਐਸਾ ਤਿਆਗਿਆ ਕੀ ਨਹੀਂ ਹੈ ਜਿਹੜੇ ਬਖ ਬਖ ਮਾਧਿਅਮ ਤੇ ਰੌਲਾ ਬਹੁਤ ਪਾਉਂਦੇ ਨੇ ਕਿ ਸਭ ਤੋਂ ਵੱਡਾ ਇਮਾਨਦਾਰ ਕੋਈ ਨਹੀਂ ਤੇ ਉਹਨਾਂ ਦੇ ਖਾਤੇ ਜਦੋਂ ਲੈਬੋਰੀਆਂ ਵਾਲਿਆਂ ਨੂੰ ਜਾ ਕੇ ਪੁੱਛਦੇ ਆ ਨਾ ਤੇ ਕਹਿੰਦੇ ਆ ਸ਼ਰਮ ਆਉਂਦੀ ਹੈ ਉੱਤੇ ਇਹ ਗੱਲ ਕੀਤੀ ਜਾਵੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਝਾ ਅਧੀ ਤੁਹਾਨੂੰ ਦਾ ਕਹਿਣਾ ਹੈ ਕਿ ਸਿਹਤ ਕੇਂਦਰ ਨੂੰ ਆਮ ਆਦਮੀ ਕਲੀਨਿਕ ਦੀ ਤਰਜ਼ ਤੇ ਵਿਕਸਿਤ ਕੀਤਾ ਜਾਵੇਗਾ ਸਿਹਤ ਮੰਤਰੀ ਸਾਹਿਬ ਪਹਿਲਾਂ ਰਜਿੰਦਰਾ ਹਸਪਤਾਲ ਪਟਿਆਲਾ ਆ ਜੋ ਤੁਹਾਡੇ ਜ਼ਿਲ੍ਹੇ ਦਾ ਹੈ। ਉੱਥੇ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਜਿਹੜੀ ਕੁੱਤਿਆਂ 'ਚ ਜਾਨਵਰਾਂ 'ਚ ਹਲਕਾ ਦੀ ਦਵਾਈ ਹੈ ਜਿਹਨੂੰ ਐਂਟੀ ਰੈਵੀਜ਼ ਕਹਿੰਦੇ ਆ ਅੰਗਰੇਜ਼ੀ 'ਚ ਉਹ ਖਤਮ ਹੈ। ਆਮ ਆਦਮੀ ਕਲੀਨਿਕ 3 ਲੱਖ ਵੱਧਾ ਕਹਿੰਦੇ ਜੀ ਉੱਥੇ ਠੀਕ ਹੋ ਕੇ ਚਲਿਆ ਗਿਆ। ਆ ਸਾਨੂੰ ਅੱਜ ਹੀ ਫੋਨ ਆਇਆ ਉਹਨਾਂ ਦਾ ਨਾਂ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਬਲਕੂ ਰਾਮ ਜੀ ਦਾ ਕਿ ਸਰਕਾਰੀ ਹਸਪਤਾਲ ਦੇ ਵਿੱਚ ਕਿਸੇ ਨੇ ਜਨੈਪਾ ਨਹੀਂ ਕੀਤਾ ਝੁੱਗੀਆਂ ਚੌਪੜੀਆਂ 'ਚ ਰਹਿਣ ਵਾਲੇ ਬੰਦੇ ਨੇ ਤੇ ਉਹ ਝੁੱਗੀਆਂ ਚੌਪੜੀਆਂ ਦੇ ਘਰੇ ਦਵਾਰਾ ਲੈ ਗਏ ਉਹ ਜਨੈਪਾ ਉੱਥੇ ਹੋ ਗਿਆ ਉਹਨਾਂ ਦੀਆਂ ਜਿਹੜੀਆਂ ਔਰਤਾਂ ਨੇ ਉਹ ਵਿੱਚੋਂ ਹੀ ਦਾਈ ਪਣੇ ਦਾ ਕੰਮ ਜਾਣਦੀਆਂ ਹੁੰਦੀਆਂ ਨੇ ਮੈਨੂੰ ਯਾਦ ਹੈ ਖਾਸੀ ਪੁਰਾਣੀ ਗੱਲ ਹੈ ਕਿ ਇੱਕ ਵਾਰ ਜਿਹੜੀ ਪੱਥਰ ਤੋੜਦੀ ਔਰਤ ਸੀ ਉਹਨੂੰ ਜਨੇਪਾ ਹੋਇਆ ਉੱਥੇ ਚਾਰਕ ਔਰਤਾਂ ਨੇ ਖੇਸੀਆਂ ਦਾ ਉਲ੍ਹਾ ਕੀਤਾ ਇੱਕ ਜਿਹਨੂੰ ਦਾਈਪਣਾ ਆਉਂਦਾ ਸੀ ਉਹਨੇ ਉਹਦਾ ਜਨੇਪਾ ਕਰਾ ਦਿੱਤਾ ਬੱਚੇ ਦੀਆਂ ਕਲਕੈਰੀਆਂ ਵੱਜੀਆਂ ਔਰ ਹੈਰਾਨੀ ਇਸ ਗੱਲ ਤੇ ਹੋਮੋਂਗੇ ਕਿ ਤਿੰਨਕ ਘੰਟਿਆਂ ਤੋਂ ਬਾਅਦ ਉਹ ਔਰਤ ਬੱਚੇ ਨੂੰ ਸਲਾ ਕੇ ਤੇ ਆਪਸਰ ਤੇ ਪੱਥਰ ਚੱਕ ਕੇ ਫੇਰ ਢੋਣ ਲੱਗ ਗਈ ਸੀ ਸਾਡੇ ਘਰਾਂ ਦੇ ਵਿੱਚ ਤਾਂ ਬਹੁਤ ਵੱਡੀ ਸਮੱਸਿਆ ਹੁੰਦੀ ਆ ਪੰਜ-ਸੱਤ ਮਹੀਨੇ ਤਾਂ ਉਸ ਔਰਤ ਨੂੰ ਮੰਜੇ ਤੋਂ ਥੱਲੇ ਨਹੀਂ ਤਾਰਿਆ ਜਾਂਦਾ ਕਿ ਭਾਈ ਜਨੇਪਾ ਹੋਇਆ ਡਾਕਟਰਾਂ ਨੇ ਉਜਬੀ ਮਕਾਤਾ ਪ੍ਰਾਣੀਆਂ ਔਰਤਾਂ ਦਾ ਜਨੇਪਾ ਆਮ ਤੌਰ ਤੇ ਪਿੰਡ ਦੇ ਵਿੱਚ ਦੈਨਾ ਹੁੰਦੀਆਂ ਸੀ ਅੱਜ ਕੱਲ ਬਹੁ ਗਿਣਤੀ ਸਜੇਰੀਅਨ ਜਿਹਨੂੰ ਵੱਡਾ ਆਪਰੇਸ਼ਨ ਕਹਿੰਦੇ ਆ ਉਹਦੇ ਨਾਲ ਆ ਨਾ ਤਾਂ ਸਾਡੀਆਂ ਔਰਤਾਂ ਉਨ੍ਹਾਂ ਦੀ ਉਸ ਤਰ੍ਹਾਂ ਦੀ ਸਮਰੱਥਾ ਰਹੀ ਹੈ ਔਰ ਜਿਹੜਾ ਇਹ ਡਾਕਟਰੀ ਜੋਗ ਹੈ ਜਿਨ੍ਹਾਂ ਨੇ ਪੈਸਾ ਕਮਾਉਣ ਵਾਸਤੇ ਹਰੇਕ ਨੂੰ ਡਰਾ ਦੇਣਗੇ ਦੇਖਿਓ ਬੱਚੇ ਨੂੰ ਖਤਰਾ ਹੋ ਸਕਦਾ ਉਹ ਕਹਿੰਦੇ ਯਾਰ ਜਿਹੜਾ ਜੂੜ ਵੱਡਣਾ ਤੁਸੀਂ ਵੱਡੋ ਜਿਹੜੇ ਤੁਸੀਂ ਪੈਸੇ ਸਾਤੋਂ ਲੈਨੇ ਆਪਰੇਸ਼ਨ ਦੇ ਤੇ 15 ਦਿਨ ਤੁਸੀਂ ਇੱਥੇ ਰੱਖਣਾ ਹੈ ਮਰੀਜ਼ ਨੂੰ ਉਹ ਤੁਸੀਂ ਆਪਣੇ ਲਾਓ ਤੇ ਸਾਡੇ ਔਰਤ ਦਾ ਜਨੇਪਾ ਕਰਕੇ ਦਿਓ ਇਹ ਜਿਹੜਾ ਗੋਰਖ ਧੰਦਾ ਚੱਲਦਾ ਚੇਤਨ ਸਿੰਘ ਜੋੜੇ ਬਾਜਰਾ ਸਾਹਿਬ ਇਹਦੇ ਤੇ ਨੱਥ ਪਾਓ ਆਮ ਆਦਮੀ ਕਲੀਨ ਕਨਾਬ ਬਣਾਓ ਜਿਹੜੇ ਪੁਰਾਣੇ ਚੱਲਦੇ ਪਏ ਐ ਉਹਨਾਂ ਦੇ ਵਿੱਚ ਜਿਹੜੀਆਂ ਜੜੀਆਂ ਘਾਟਾਂ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਕੀ ਦਵਾਈ ਪੂਰੀ ਹੋ ਗਈ ਐ ਚੈੱਕ ਕਰ ਲੇ ਤੁਸੀਂ ਅਸਲੀਅਤ ਤੇ ਜਾਓ ਨਾ ਕਿ ਜਿਹੜੇ ਬਿਸਤਰ ਨੇ ਉਹਨਾਂ ਦਾ ਦਿਖਾ ਕੇ ਆਪਣਾ ਜਰੂਸ ਆਪੜਾ ਕਢੋ ਤੁਹਾਨੂੰ ਤਾਂ ਮੰਨਿਆ ਜਾਂਦਾ ਜੇ ਪਹਿਲਾਂ ਤੁਸੀਂ ਉਹਨਾਂ ਨੂੰ ਸਮਾਂ ਦਿੱਤਾ ਜਾਂਦਾ ਇਹਨਾਂ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਤੋਂ ਜੜੀਆਂ ਜੜੀਆਂ ਉੱਥੇ ਘਾਟਾਂ ਨੇ ਉਹਨਾਂ ਘਾਟਾਂ ਨੂੰ ਲਿਸਟ ਬਰਵਾ ਕੇ ਮੰਗਦੇ ਉਸ ਤੋਂ ਬਾਅਦ ਵਿੱਤ ਮੰਤਰੀ ਮੁੱਖ ਮੰਤਰੀ ਦਾ ਗੱਲ ਕਰਕੇ ਜਿੰਨਾ ਬਜਟ ਉਹਦੇ ਵਾਸਤੇ ਚਾਹੀ ਸੀ ਉਹ ਬਜਟ ਅਲਾਟ ਕਰਵਾਉਂਦੇ ਅਲਾਟ ਕਰਾਉਣ ਤੋਂ ਬਾਅਦ ਫਿਰ ਕਹਿੰਦੇ ਕਿ ਹੁਣ ਮੈਂ ਚੈੱਕ ਕਰਨ ਵਾਸਤੇ ਆਉਂਗਾ ਔਰ ਆਉਂਗਾ ਵੀ ਬਿਨਾ ਦੱਸੇ ਫਿਰ ਤੁਹਾਡੀ ਗੱਲ ਮੰਨੀ ਜਾਂਦੀ ਜਿਹੜਾ ਢਾਂਚਾ ਇੰਨੇ ਚਿਰ ਦਾ ਖਰਾਬ ਹੋਇਆ ਪਿਆ ਇਹਨੂੰ ਤੁਸੀਂ ਕਿਤੇ ਰਾਤੇ ਰਾਤ ਜਾਦੂ ਦੀ ਛੜੀ ਵਾਂਗੂ ਨਹੀਂ ਠੀਕ ਕਰ ਸਕਦੇ ਤੁਸੀਂ ਤਾਂ ਨਵਾਂ ਪੰਗਾ ਸ਼ੁਰੂ ਕਰਤਾ ਪਰ ਇਹਨਾਂ ਹਸਪਤਾਲਾਂ ਦੇ ਵਿੱਚ ਹੀ ਜਿਹੜੇ ਸਾਰੇ ਥਾਂ ਦੇ ਉੱਤੇ ਫੈਲੇ ਹੋਏ ਨੇ ਉਹਦੇ ਵਿੱਚ ਇੱਕ ਇੱਕ ਕਮਰੇ ਨੂੰ ਆਮ ਆਦਮੀ ਕਲੀਨਿਕ ਕਹਿ ਦਿੰਦੇ ਇਹ ਕੁਝ ਉੱਥੇ ਕਰ ਦਿੰਦੇ ਜੇ ਮੰਨ ਲਓ ਨਰਸ ਜਾਂ ਡਾਕਟਰ ਛੁੱਟੀ 'ਤੇ ਹੈ ਉਹਦੀ ਥਾਂ ਤੇ ਬਦਲਵੇਂ ਡਾਕਟਰ ਦੀ ਡਿਊਟੀ ਲਈ ਜਾ ਸਕਦੀ ਹੈ ਜੀ ਪ੍ਰਾਲੀ ਨੂੰ ਨਾ ਸੜਨ ਦੀ ਗੱਲ ਲਗਾਤਾਰ ਕਹੀ ਜਾ ਰਹੀ ਹੈ ਤੇ ਸਖਤ ਕਾਰਵਾਈ ਕਰਨ ਦੀ ਵੀ ਸਰਕਾਰ ਦੇ ਵੱਲੋਂ ਚੇਤਾਵਨੀ ਦਿੱਤੀ ਜਾਂਦੀ ਹੈ ਜਿਹਦੇ ਚਾਲ ਦੇ ਪ੍ਰਾਲੀ ਨੂੰ ਅੱਗ ਲਗਾਉਣ ਵਾਲੇ ਇੱਕ ਕਿਸਾਨ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਇਹ ਮਾਮਲਾ ਹੈਗਾ 2 ਦਿਨ ਪਹਿਲਾਂ ਦਾ ਇਹ ਮਲਸਰੀਆਂ ਦੇ ਨਾਲ ਪਿੰਡ ਹੈ ਉੱਥੇ ਹੁਣ ਇਹਨਾਂ ਨੇ ਕੱਢ ਲਿਆ ਜਿਹੜੀ ਮਨਸੀਵਾਲ ਦੀ ਪੁਲਿਸ ਚੌਂਕੀ ਹੈ ਇਹ ਜਿਹੜੇ ਕਿਸਾਨ ਨੇ ਅੱਗ ਲਾਈ ਸੀ ਦਾ ਨੌਂ ਗਰ ਤੇਜ ਸਿੰਘ ਗੁਰਪ੍ਰੀਤ ਸਿੰਘ ਭੋਲਾ ਇਹਦੇ ਵਿੱਚ ਨਿਜਾਮਨੀਪੁਰ ਦਾ ਇੱਕ ਬਜ਼ੁਰਗ ਇੱਕ ਵਿਅਕਤੀ ਜਿਹਦੀ ਉਮਰ 60 ਸਾਲ ਆ ਹਰਦੇਵ ਸਿੰਘ ਤੇ ਇੱਕ ਹੋਰ ਬੱਚਾ ਜਿਹੜਾ ਟਿਊਸ਼ਨ ਪੜਨ ਜਾ ਰਿਹਾ ਸੀ ਸਕੂਟਰੀ ਤੇ ਉਹਦਾ ਨਾਮ ਹੈ ਗੁਰਜੋਤ ਸਿੰਘ ਜੋਤਾ 15 ਸਾਲਾਂ ਦਾ ਅੱਗ ਕਰਕੇ ਧੂਏ 'ਚ ਪਤਾ ਹੀ ਨਹੀਂ ਲੱਗਿਆ ਅਮਨ ਨੂੰ ਸਾਹਮਣੇ ਟਕਰਾ ਕੇ ਦੋਨੇ ਜਣੇ ਤੇ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਇਹ ਭੋਲਾ ਜੀ ਥੋੜਾ ਜਿਹੜਾ ਭੋਲਾ ਪਣਾ ਉਹਨੇ ਦੋ ਘਰ ਉਜਾੜਤੇ ਤੇ ਅੱਜ ਜਿਹੜੀਆਂ ਜਥੇਬੰਦੀਆਂ ਨੇ ਇਹ ਵੀ ਦੱਸਣ ਕਿ ਕਸੂਰ ਕਿਹਦਾ ਹੈ ਮੈਂ ਹਰ ਵਾਰ ਕਹਿੰਦਾ ਕਿਸਾਨਾਂ ਦਾ ਸਾਡੇ ਮਨ 'ਚ ਸਤਿਕਾਰ ਬਹੁਤ ਹੈ ਤੁਸੀਂ ਇਕੱਠੇ ਹੋ ਕੇ ਸਰਕਾਰ ਦੇ ਪਿੱਛੇ ਲੱਗੋ ਕਿ ਇਹਦਾ ਕੋਈ ਹੱਲ ਕੱਢੀਏ ਕੁਝ ਯੋਗਦਾਨ ਆਪਾਂ ਵੀ ਪਾਈਏ ਕੁਝ ਯੋਗਦਾਨ ਸਰਕਾਰਾਂ ਪਾਉਣ ਜੇ ਇਹ ਕੋੜ ਤੋਂ ਫਿੱੱਚਾ ਛਡਾਉਣਾ ਹੈ ਉਹਨੇ ਭੁੱਲਾ ਸਕਤੇ ਪਰਚਾ ਦਰਜ ਹੋ ਗਿਆ ਭਾਵੇਂ ਗੈਰ ਅਰਾਧਤਨ ਕਤਲ ਤਾਂ ਹੀ ਕੀਤਾ ਹੋਵੇ ਉਹਨਾਂ ਨੇ ਪਰ ਖਾਸਾ ਚਿਰ ਹੁਣ ਅਦਾਲਤਾਂ ਦੇ ਵਿੱਚ ਗੇੜੇ ਮਾਰਨੇ ਪੈਣਗੇ ਉਹਨਾਂ ਤੁਹਾਡਾ ਪ੍ਰਾਲੀ ਸਾਹਮਣ ਤੇ ਖਰਚ ਨਹੀਂ ਸੀ ਹੋਣਾ ਜਦੋਂ ਅਦਾਲਤਾਂ ਦੇ ਵਕੀਲਾਂ ਦੇ ਪੁਲਿਸ ਦੇ ਚੱਕਰ ਦੇ ਵਿੱਚ ਖਰਚੇ ਹੋ ਜਾਣੇ ਜੀ ਜੀ ਪੰਜਾਬ ਦੇ ਵਿੱਚ ਘਰ-ਘਰ ਆਟਾ ਦਾਲ ਪਹੁੰਚਾਉਣ ਦੀ ਯੋਜਨਾ ਦੇ ਵਿੱਚ ਹੁਣ ਬਤਲਾ ਹੋਏਗਾ ਅਸਲ ਦੇ ਵਿੱਚ ਨਾ ਇਹ ਜਿਹੜੀ موجوده ਸਰਕਾਰ ਆਪਕਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਬਹੁਤ ਸਾਰੇ ਮਾਮਲਿਆਂ 'ਚ ਐਂ ਲੱਗਦਾ ਵੀ ਇਹ ਜਿਵੇਂ ਅਣਜਾਨਾ ਦਾ ਟੋਲਾ ਹੈ ਇਹਨਾਂ ਨੂੰ ਕੱਖ ਨਹੀਂ ਪਤਾ ਇਹ ਯੋਜਨਾ ਬਣਾਈ ਗਈ ਜਿਹੜੇ ਸਾਡੇ ਦੀਪੂ ਧਾਰਕ ਜਥੇਬੰਦੀ ਹੈ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਤਾ ਉਹ ਕਹਿੰਦੇ ਜੀ ਸਾਡਾ ਕੀ ਕਸੂਰ ਹੈ ਅਸੀਂ ਵੀ ਦੀਪੂ ਲਏ ਹੋਏ ਨੇ ਉਹਦੇ ਵਿੱਚ ਮਾਨਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਕਿ ਤੁਸੀਂ ਆਓ ਇੱਥੇ ਆ ਕੇ ਆਪਦਾ ਜਵਾਬ ਦਿਓ ਤੇ ਇਹਦੇ ਤੇ ਰੋਕ ਲਾਤੀਆਂ ਜਿਹੜੀ ਚੀਜ਼ ਤੇ ਰੋਕ ਲਾ ਦਿੱਤੀ ਜਾਵੇ ਅਦਾਲਤ ਦੇ ਵਿੱਚ ਉਹਦੇ ਬਾਰੇ ਦੱਸਣਾ ਪੈਂਦਾ ਤੇ ਜਦੋਂ ਦੱਸਣ ਬਾਰੇ ਆਇਆ ਸਰਕਾਰ ਨੂੰ ਲੱਗਿਆ ਕਿ ਇਹਦੇ ਵਿੱਚ ਸਾਡਾ ਜੂ ਟਰਨ ਹੀ ਹੋਵੇਗਾ ਬਿત્ર ਇਹ ਸੀ ਕਿ ਇਹਨਾਂ ਸਾਰੀਆਂ ਸਬੰਧਤ ਧਿਰਾਂ ਦੇ ਨਾਲ ਜੇ ਲਾਲਚੰਦ ਘਟਾਰੂ ਚੱਕ ਖੁਰਾਕ ਤੇ ਸਪਲਾਈ ਮੰਤਰੀ ਵਿਚਾਰ ਬਟਾਂਦਰਾ ਕਰ ਲੈਂਦੇ ਇਹੋ ਚੀਜ਼ ਪਰਾਲੀ ਵਾਲੀ ਆਲੀ ਜੇ ਸਾਰੀਆਂ ਤਰ੍ਹਾਂ ਜਿਹੜੀਆਂ ਇਹਦੇ ਵਿੱਚ ਪੀੜਤ ਨੇ ਉਹਨਾਂ ਦੇ ਨਾਲ ਇਕੱਠਾ ਵਿਚਾਰ ਕੀਤਾ ਜਾਵੇ ਮੈਂ ਸਮਝਦਾ ਕਿ ਇਹਦੇ ਵਿੱਚ ਕੋਈ ਨਾ ਕੋਈ ਨਤੀਜਾ ਨਿਕਲ ਸਕਦਾ ਹੈ ਜੀ ਢਿੱਲੋ ਜੀ ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਨਾਲ ਸਾਂਝੇ ਕੀਤੀਆਂ ਤੁਹਾਡਾ ਬਹੁਤ ਬਹੁਤਾ ਸ਼ੁਕਰੀਆ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਇਹ ਸਾਂਜਪਾਲ ਸਿੰਘ ਢਿੱਲੋ ਜੀ ਜਿਨ੍ਹਾਂ ਨੇ ਕਿੰਨਾ ਸਾਰੇ ਮੁੱਦਿਆਂ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਆਣ ਲਈ ਮੈਨੂੰ ਦੇ ਇਜਾਜ਼ਤ ਧੰਨਵਾਦ